اے اللہ ہم تیری ہی عبادت کرتے ہیں اور تجھ سے مدد مانگتے ہیں۔ آواز کی دنیا کے دوستوں السلام علیکم، میرا نام مجد ٹی وی تے خوش آمدید۔ میں تہاڈا میزبان محمد افضل تے تسی ویکھدے پئے ہو میرا اینیمل ٹی وی۔ میرا اینیمل ٹی وی لائک کرو، سبسکرائب کرو، شکریہ، تے نال ہی لگے بیل آئیکن دے بٹن دباؤ تاکہ میری ہر نویں آن والی لیٹسٹ ویڈیو دوستاں میرا تک سب تو پہلے پہنچے۔ جناب میری دعا ہے، میں امید کرنا میرے دوست بھی، میرے سبسکرائبر اور میرا اینیمل ٹی وی دے نال پیار کرن والے جتھے بھی وس رہے ہیں خوش وس رہے ہیں، اللہ تعالیٰ دی ٹیر رحمتاں نازل ہو رہی ہیں۔ جناب آج دوستاں میرا دی خدمت دے وچ چولستانی فریزن کراس گائے لے کے حاضر ہویا۔ چولستانی فریزن کراس دوسرا وارا، تازہ سوئی، پچھے وچھی، پچھے بچھڑی، حاضر موقع کنا دودھ دے، لائیو چوائی ہوئے گا جناب، تے لائیو نظارے، تے ٹائم تو ٹائم چوائی، تے ٹائم تو ٹائم دودھ۔ ਇਸ ਟਾਈਮ ਬੋਲੇ ਦੇ ਵਿੱਚ ਦੋਸਤੋ ਬੋਲਾ ਇਸ ਟਾਈਮ ਔਰ ਸੂਈ ਨੂੰ ਅੱਜ ਤੀਸਰਾ ਦਿਨ ਹੈ, ਤੀਸਰਾ ਦਿਨ ਬੋਲੇ ਦੇ ਵਿੱਚ ਟਾਈਮ ਤੋਂ ਟਾਈਮ ਚੁਆਈ। ਅਤੇ ਚੋਲਸਤਾਨੀ ਫਰੀਜ਼ਨ ਕਲਾਸ ਇੱਕ ਦੀਆਂ ਦੋ ਗਾਵਾਂ ਜਾਨਵਰ ਦਹਾਨਿਆਂ ਨਾਲ ਨਾਲ ਗੱਲਾਂ ਸ਼ੇਅਰ ਕਰਾਂਗੇ। ਗਾਏ ਦਹਾਉਣ ਤੋਂ ਪਹਿਲੇ ਦੋਸਤਾਂ ਮੇਰਾ ਦੱਸਾਂਗੇ, ਮੇਰਾ ਐਨੀਮਲ ਟੀ ਵੀ ਦਾ ਇੱਕ ਨਾਰਾ ਮਿਸ਼ਨ ਹੈ, ਘਰ ਦਾ ਦੁੱਧ ਘਰ ਦੀ ਚਾਹ, ਲਾ ਫੈਂਟਾ ਅਤੇ ਪੀ ਚਾਹ। ਇਸ ਮਿਸ਼ਨ 'ਤੇ ਮੇਰਾ ਐਨੀਮਲ ਟੀ ਵੀ ਦਾ ਕਾਫਲਾ ਰਵਾਂ ਦਵਾਂ ਹੈ ਅਤੇ ਇਸੇ ਮਿਸ਼ਨ 'ਤੇ ਅੱਜ ਦਾ ਸੋਨਾ ਸਾਫ਼ ਸੁਥਰਾ ਸੁੱਚਾ ਖਰਾ ਦੋਸਤੋ ਜਾਨਵਰ ਹੋਵੇਗਾ ਸਾਫ਼ ਸੁਥਰਾ ਅੱਲਾ ਦੇ ਫਜ਼ਲ ਦੇ ਨਾਲ। ਜਾਨਵਰ 'ਚ ਐਬ ਨਹੀਂ ਹੋਏਗਾ, ਜਾਨਵਰ 'ਚ ਨੁਕਸ ਨਹੀਂ ਹੋਏਗਾ। ਗਾਏ ਦਹਾਨੇ ਨਾਲ ਅੱਲਾ ਗੱਲ ਸ਼ੇਅਰ ਕਰਨੀ ਦਾਹੋ ਜੀ। ਲਓ ਜੀ ਦੋਸਤੋ, ਗਾਇਆ ਆ ਗਈ ਜਨਾਬ ਦੋਸਤਾਂ ਮੇਰਾ ਦੇ ਸਾਹਮਣੇ ਮਾਸ਼ਾਅੱਲਾ। ਚੋਲਸਤਾਨੀ ਫਰੀਜ਼ਨ ਕਰਾਸ ਦੂਸਰਾ ਵਾਰਾ, ਪਿੱਛੇ ਵੱਛੀ, ਤਾਜ਼ਾ ਸੂਈ, ਅੱਜ ਤੀਸਰਾ ਦਿਨ ਅਤੇ ਬੋਲੇ ਦੇ ਵਿੱਚ ਹਾਜ਼ਰ ਮੌਕੇ ਟਾਈਮ ਤੋਂ ਟਾਈਮ ਜਿੰਨਾ ਬੋਲਾ ਕਿੰਨਾ ਦੁੱਧ ਹੈ ਉਹ ਦੋਸਤਾਂ ਮੇਰਾ ਦੇ ਜਨਾਬ ਸਾਹਮਣੇ ਆ ਜਾਏਗਾ। ਹੁਣ ਦੋਸਤ ਵੀ ਜਨਾਬ ਗਾਏ ਦਾ ਰੰਗ ਚੈੱਕ ਕਰ ਲੈਣ, ਅਤੇ ਗਾਏ ਕੋਲ ਰੰਗ ਲਾਈਟ ਬਰਾਊਨ ਰੰਗ ਹੈ। ਔਰ ਦੋਸਤ ਵੀਰ ਹੁਣ ਗਾਏ ਦਾ ਕੱਦ ਚੈੱਕ ਕਰ ਲੈਣ, ਕੱਦ ਪੂਰਾ, ਲੰਬਾਈ ਚੈੱਕ ਕਰ ਲੈਣ, ਲੰਬਾਈ ਗਾਏ ਕੋਲ ਪੂਰੀ, ਔਰ ਗਾਏ ਦੀ ਬਾਡੀ, ਗਾਏ ਨੂੰ ਬੁੱਤ, ਵਜ਼ਨ ਗਾਏ ਨੂੰ ਬੜਾ ਮਾਸ਼ਾਅੱਲਾ ਬੁੱਤ ਸੋਹਣਾ ਹੈ, ਔਰ ਗਾਏ ਨੂੰ ਜਿਹੜਾ ਵਜ਼ਨ ਹੈ 7-8 ਮਣ ਗਾਏ ਨੂੰ ਵਜ਼ਨ ਹੈ, ਚੰਗੀ ਕਾਦਾਵਰ ਔਰ ਮਜ਼ਬੂਤ ਗਾਏ, ਔਰ ਜਿਸਮ ਬੜਾ ਮਾਸ਼ਾਅੱਲਾ ਮਜ਼ਬੂਤ ਔਰ ਸਾਫ਼ ਸੁਥਰੀ ਚਮੜੀ ਦੀ ਹੈ। ਦੋਸਤ ਵੀਰ ਜਿਹੜੀ ਸਾਈਡ ਦੇਖਦੇ ਪਏ ਨੇ, ਇਹ ਲੈਫਟ ਸਾਈਡ ਹੈ, ਖੱਬੀ ਸਾਈਡ ਹੈ ਜਨਾਬ, ਅਤੇ ਦੋਸਤ ਵੀਰ ਪੈਰ ਦੇਖਣ, ਖੁਰ ਦੇਖਣ, ਲੱਤਾਂ ਚੰਗੀਆਂ ਮੋਟੀਆਂ ਜਿਸ ਤਰ੍ਹਾਂ ਫਰੀਜ਼ਨਾਂ ਹੁੰਦੀਆਂ ਨੇ, ਪੱਟ, ਪੇਟ, ਵੱਖੀ, ਕੰਡ, ਪੁੱਠਾ ਬੜਾ ਚੌੜਾ ਮਾਸ਼ਾਅੱਲਾ ਮੱਝ ਤਰ੍ਹਾਂ, ਔਰ ਝਾਲਰ, ਫੇਸ ਕੁਆਲਿਟੀ, ਸਿੰਗ ਜੈਨਮੈਨ, ਜੋ ਵੀ ਇਹ ਕੋਈ ਮੇਕਅਪ ਨਹੀਂ ਕੀਤਾ ਹੋਇਆ, ਕੋਈ ਸ਼ਿੰਗਾਰ ਨਹੀਂ, ਜੈਨਮੈਨ ਓਰੀਜਨਲ ਹਾਲਤ ਦੇ ਵਿੱਚ ਖੜੀ ਹੈ, ਔਰ ਟਾਈਮ ਤੋਂ ਟਾਈਮ ਚੁਆਈ ਹੋ ਰਹੀ ਹੈ ਜਿਸ ਤਰ੍ਹਾਂ ਓਰੀਜਨਲ ਹਾਲਤ ਦੇ ਵਿੱਚ ਖੜੀ ਹੈ, ਇਸੇ ਤਰ੍ਹਾਂ ਹੀ ਜਿਹੜਾ ਦੋਸਤ ਵੀ ਲਏਗਾ ਇਨਸ਼ਾਅੱਲਾ ਖਰੀ ਅਤੇ ਸੁੱਚੀ ਹੈ, ਔਰ ਖਰਾ ਅਤੇ ਸੁੱਚਾ ਜਾਨਵਰ ਇਨਸ਼ਾਅੱਲਾ ਜਿਹੜਾ ਦੋਸਤ ਵੀਰ ਲਵੇਗਾ ਉਹਦੇ ਘਰ ਜਾਏਗਾ। ਦੋਸਤਾਂ ਵੀਰਾਂ ਨੇ ਸਾਈਡ ਦੇਖ ਲਈ ਜਨਾਬ ਗਾਏ ਦੀ, ਲੈਫਟ ਸਾਈਡ, ਖੱਬੀ ਸਾਈਡ, ਜਿਸਮ ਦੇਖਣਾ, ਚਮੜੀ ਦੇਖਣੀ, ਅਤੇ ਕਿਸੇ ਕਿਸਮ ਦਾ ਨਿਸ਼ਾਨ ਕੋਣੀ ਜਾਨਵਰ ਦੇ ਜਿਸਮ ਦੇ ਉੱਤੇ। ਸਾਫ਼ ਸੁਥਰਾ ਚਮਕ ਦਮਕ ਵਾਲਾ ਜਾਨਵਰ ਦਾ ਜਿਸਮ ਹੈ, ਔਰ ਪੇਟ ਥੱਲੇ ਨਾਫ ਧੁੰਨ ਵੀ ਪੂਰੇ ਗਿੱਠ ਦੀ, ਲਿਬਾਸ ਬੰਨਾ ਬੜਾ ਪਿਆਰਾ ਹੈ, ਬਲੈਕ ਥਾਣ ਹੈ ਜਨਾਬ, ਸੋਹਣਾ ਥਾਣ ਹੈ। ਖੋਲ੍ਹ ਕੇ ਦੂਸਰੀ ਸਾਈਡ ਕਰੋ ਜੀ। ਬਾਕੀ ਦੋਸਤੋ ਸੌਦੇ ਨਸੀਬਾਂ ਦੇ, ਲੈਣਾ ਦੇਣਾ ਮੁਕੱਦਰ ਹੋਵੇਗਾ, ਸਾਊ ਸੀਲ ਹੋਵੇਗੀ, ਅਸੀਲ ਸ਼ਰਾਫ ਹੋਵੇਗੀ, ਗਾਏ ਦੇ ਵਿੱਚ ਐਬ ਨਹੀਂ ਹੋਏਗਾ, ਇਹ ਗੱਲ ਜ਼ਿਹਨ 'ਚ ਰੱਖ ਲੈਣੀ। ਤੰਦਰੁਸਤ, ਸਿਹਤਮੰਦ, ਰੋਕੋ ਜੀ। ਇਹ ਜਨਾਬ ਗਾਏ ਦੀ ਦੂਸਰੀ ਸਾਈਡ ਹੈ, ਦੋਨਾਂ ਸਾਈਡਾਂ ਤੋਂ ਦੋਸਤਾਂ ਮੇਰਾ ਨੇ ਚੈੱਕ ਕਰ ਲੈਣੀ ਹੈ, ਵੇਖ ਲੈਣੀ ਹੈ।
ਮਾਸ਼ਾਅੱਲਾ। ਅਤੇ ਉਸੇ ਤਰ੍ਹਾਂ ਜਿਸ ਤਰ੍ਹਾਂ ਪਹਿਲੀ ਸੈਡ ਸੀ, ਸਾਫ਼ ਸੁਥਰਾ ਜਿਸਮ, ਸਾਫ਼ ਸੁਥਰੀ ਗਾਏ ਮਾਸ਼ਾਅੱਲਾ। ਅਤੇ ਘਰ ਚੋਣ ਪੀਣ ਨੂੰ ਬੜੀ ਤਸੱਲੀ ਬਖਸ਼ੇ, ਇਹਦਾ ਦੁੱਧ ਵੀ ਸਫੈਦ ਹੋਵੇਗਾ, ਮਿੱਠਾ ਹੋਵੇਗਾ, ਮਾਝਾ ਦੁੱਧ ਹੋਵੇਗਾ, ਬਿਲਕੁਲ ਮਾਸ਼ਾਅੱਲਾ ਸਫੈਦ ਦੁੱਧ। ਔਰ ਦੂਸਰਾ ਵਾਰਾ, ਬਾਕੀ ਦੋਸਤਾਂ ਮੇਰਾ ਨੇ ਦੋਨਾਂ ਸਾਈਡਾਂ ਵੇਖ ਲਈਆਂ, ਤਸੱਲੀ ਹੋ ਗਈ। ਫੇਸ ਕੁਆਲਿਟੀ ਦੋਸਤਾਂ ਮੇਰਾ ਦੇ ਸਾਹਮਣੇ ਮਾਸ਼ਾਅੱਲਾ ਬੜੀ ਪਿਆਰੀ। ਅਤੇ ਸਿੰਘ ਜਨਾਬ ਚਾਰ ਚਾਰ ਉਂਗਲ ਦਾ ਜਾਂ ਤਿੰਨ ਤਿੰਨ ਉਂਗਲ ਦਾ, ਜਿੰਨਾ ਵੀ ਇਹ ਦੋਸਤਾਂ ਮੇਰਾ ਦੇ ਸਾਹਮਣੇ ਮਾਸ਼ਾਅੱਲਾ ਟੋਰ ਕੇ ਦਿਖਾਓ ਜੀ, ਲੰਬੀ ਟੋਰ ਕੇ ਦਿਖਾਓ। ਮਾਸ਼ਾਅੱਲਾ ਚੰਗੀ ਮਜ਼ਬੂਤ ਗਾਏ ਔਰ ਸੋਹਣਾ ਆਰਡਰ ਕੁਆਲਿਟੀ, ਬੜਾ ਮਾਸ਼ਾਅੱਲਾ ਕਮਾਲ ਦਾ ਆਰਡਰ ਕੁਆਲਿਟੀ ਹੈ ਮਾਸ਼ਾਅੱਲਾ। ਇਹ ਜਨਾਬ ਆਰਡਰ ਕੁਆਲਿਟੀ ਹੈ, ਕੱਟ ਵਾਲਾ ਲਿਬਾਸਵਾਨਾ, ਫਾੜੀ ਵਾਲਾ ਲਿਬਾਸਵਾਨਾ ਮਾਸ਼ਾਅੱਲਾ, ਸੂ ਤੋਂ ਲੈ ਕੇ ਜਿੱਡੀ ਪੇਟੀ ਚੋੜੀ ਓਡਾ ਹੀ ਲਿਬਾਸਵਾਨਾ ਚੋੜਾ ਮਾਸ਼ਾਅੱਲਾ। ਬੜਾ ਪਿਆਰਾ ਜਾਨਵਰ ਹੈ ਔਰ ਦੋਸਤ ਵੀਰ ਵੇਖਦੇ ਪਏ ਨੇ ਮਾਸ਼ਾਅੱਲਾ। ਬਾਕੀ ਦੇ ਸੌਦੇ ਨਸੀਬਾਂ ਦੇ ਨੇ, ਲੈਣਾ ਦੇਣਾ ਮੁਕੱਦਰ ਹੈ। ਬਾਕੀ ਜਨਾਬ ਜਾਨਵਰ ਦੇ ਵਿੱਚ ਸ਼ੱਕ ਕੋਈ ਨਹੀਂ, ਐਪ ਕੋਈ ਨਹੀਂ ਕਿਸੇ ਕਿਸਮ ਦਾ। ਲੈ ਚਲੋ ਜੀ ਵਾਪਸ ਇੱਕ ਚੱਕਰ ਹੋਰ ਲਵਾਓ ਅਤੇ ਫਿਰ ਚੁਆਈ ਕਰੀਏ ਜਨਾਬ। ਮਾਸ਼ਾਅੱਲਾ ਬਲੈਕ ਥਣ, ਮਾਝਾ ਥਣ ਅਤੇ ਸੋਹਣਾ ਥਣ ਮਾਸ਼ਾਅੱਲਾ। ਚਲੋ ਜੀ ਵਾਪਸ ਬੰਨੋ ਅਤੇ ਚੁਆਈ ਕਰੀਏ। ਮਾਸ਼ਾਅੱਲਾ ਦੋਸਤਾਂ ਵੀਰਾਂ ਨੇ ਜਾਨਵਰ ਦੇਖ ਲਿਆ, ਸਿਹਤਮੰਦ ਤੰਦਰੁਸਤ ਮਾਸ਼ਾਅੱਲਾ, ਬੜਾ ਸੋਹਣਾ ਆਰਡਰ ਕੁਆਲਿਟੀ। ਔਰ ਦੋਸਤੋ ਅੱਲਾ ਦੇ ਫਜ਼ਲ ਦੇ ਨਾਲ ਗਾਏ ਦੇ ਵਿੱਚ ਫਰਕ ਨਹੀਂ ਹੋਏਗਾ। ਇਹ ਜਨਾਬ ਗਾਏ ਦੇ ਜਿਹੜਾ ਠੱਪਾ ਲੱਗਿਆ ਹੋਇਆ, ਇਹ ਚੋਲਸਤਾਨ ਦਾ ਠੱਪਾ ਜਨਾਬ, ਇਹ ਗਰਮੀ ਨਹੀਂ ਕਰੇਗੀ ਨਾ ਇਹ ਸਰਦੀ ਕਰੇਗੀ, ਬਿਲਕੁਲ ਜਨਾਬ। ਇੱਧਰ ਕਰੋ ਜੀ ਬੱਚਾ, ਇਹ ਜਨਾਬ ਪਿੱਛੇ ਵੱਛੀ ਹੈ, ਵੱਛੀ ਦਿਖਾਓ ਜੀ ਇੱਧਰ ਲਿਓ। ਇਹ ਜਨਾਬ ਪਿੱਛੇ ਵੱਛੀ ਜੇ ਵੱਛੜੀ ਹੈ, ਇੱਕ ਦੀਆਂ ਦੋ ਗਾਵਾਂ। ਵੱਛੀ ਦਾ ਰੰਗ ਮਾਸ਼ਾਅੱਲਾ ਮਾਂ ਤੋਂ ਵੀ ਪਿਆਰਾ ਪ੍ਰਿੰਟ ਹੈ, ਬੜੀ ਮਾਸ਼ਾਅੱਲਾ ਪਿਆਰੀ ਵੱਛੀ ਹੈ। ਇੱਕ ਦੀਆਂ ਦੋ ਗਾਵਾਂ ਅਤੇ ਕੱਚਾ ਨਾੜੂਆ ਜਨਾਬ ਨਾਲ ਖੜਾ ਹੈ, ਥੱਲੇ ਖੜਾ ਹੈ। ਬੱਚਾ ਲਾਓ ਜੀ ਚੁਆਈ ਕਰੀਏ, ਗਾਂ ਥੋੜ੍ਹੀ ਜਿਹੀ ਇੱਧਰ ਕਰ ਲਓ, ਗਾਂ ਥੋੜ੍ਹੀ ਜਿਹੀ ਪਰਾਂ ਕਰ ਲਾ, ਪਰਾਂ ਕਰ ਲੈ, ਗਾਂ ਕਰ ਲੈ, ਕਰ ਲੈ, ਪਰਾਂ ਕਰ ਲਾ, ਬਸ 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 ਲਾਓ, ਵੰਗਾ ਲਾਓ, ਚੁਆਈ ਕਰੀਏ, ਬੱਚਾ ਲਾਓ ਮਾਸ਼ਾਅੱਲਾ। ਔਰ ਸਾਊ ਸੀਲ ਜੇ ਦੋਸਤੋ, ਅਸੀਲ ਸ਼ਰਾਬ ਤੋਂ ਹੈ, ਬਗੈਰ ਵੰਗੇ ਤੋਂ ਭਾਵੇਂ ਚੋਈ ਰੱਖੋ, ਮਾਸ਼ਾਅੱਲਾ ਬੜੀ ਸਾਊ ਸੀਲ, ਅਸੀਲ ਸ਼ਰਾਬ। ਸਾਊ ਸੀਲ ਅਸੀਲ ਸ਼ਰਾਫ ਦੋਸਤੋ, ਅੱਲਾ ਦੇ ਫਜ਼ਲ ਦੇ ਨਾਲ ਜਾਨਵਰ ਖਰਾ ਦਿਖਾਈਦਾ, ਸਾਫ਼ ਸੁਥਰਾ ਦਿਖਾਈਦਾ। ਦੁੱਧ ਕਿਲੋ ਘੱਟ ਵੱਧ ਹੋ ਜਾਵੇ ਕੋਈ ਮਸਲਾ ਨਹੀਂ, ਬਾਕੀ ਜਾਨਵਰ 'ਚ ਐਬ ਨਹੀਂ ਹੁੰਦਾ ਇਨਸ਼ਾਅੱਲਾ। ਜਿਹੜਾ ਮੇਰਾ ਐਨੀਮਲ ਟੀ ਵੀ ਲਗਾਉਂਦਾ, ਜਾਨਵਰ 'ਚ ਕਿਸੇ ਕਿਸਮ ਦਾ ਐਬ ਨਹੀਂ ਹੁੰਦਾ। ਇੱਕ ਇੱਕ ਥਣ ਦੀ ਧਾਰ ਮਾਰ ਕੇ ਤਸੱਲੀ ਕਰਾਉਣੀ ਹੈ ਬਈ, ਬਾਲਟੀ ਦਿਖਾ ਕੇ ਜੀ ਠੀਕ ਹੋ ਗਿਆ ਜੀ। ਜਨਾਬ ਥਣ ਨੰਬਰ ਇੱਕ ਮਾਸ਼ਾਅੱਲਾ ਜੀ, ਥਣ ਨੰਬਰ ਦੋ ਮਾਸ਼ਾਅੱਲਾ, ਬੜਾ ਪਿਆਰਾ ਚੋਣ ਹੈ। ਥਣ ਨੰਬਰ ਤਿੰਨ, ਥਣ ਨੰਬਰ ਚਾਰ ਮਾਸ਼ਾਅੱਲਾ ਜੀ, ਸੋਹਣਾ ਚੋਣ, ਸੋਨੇ ਰੰਗਾ ਚੋਣ। ਬਾਕੀ ਦੋਸਤੋ ਸੌਦੇ ਨਸੀਬਾਂ ਦੇ, ਲੈਣਾ ਦੇਣਾ ਮੁਕੱਦਰ। ਗਾਏ ਦੇ ਥਣਾਂ ਦੇ ਵਿੱਚ, ਗਾਏ ਦੇ ਚੁਆ ਦੇ ਵਿੱਚ ਕਿਸੇ ਕਿਸਮ ਦਾ ਐਬ ਕੋਈ ਨਹੀਂ, ਕਿਸੇ ਕਿਸਮ ਦਾ ਨੁਕਸ ਕੋਈ ਨਹੀਂ।
ਚੱਲ ਅੱਛੀ ਬਾਤ ਛੱਡ ਦੇ ਬਸ ਕਰ। ਬੱਚੀ ਬਸ ਛੱਡ ਦੇ। ਬਸ ਕਰ ਬਸ ਕਰ ਬਸ ਕਰ ਮਾਸ਼ਾਅੱਲਾ ਜੀ। ਚੱਲੇ ਆਓ ਇੱਥੇ ਬੈਠੋ ਜੀ। ਭਾਈ ਸ਼ਬੀਰ ਖਾਂ ਦੁੱਧ ਕਿੰਨਾ ਹੈ? 10 ਲੀਟਰ ਦੀ ਬਾਲਟੀ ਹੈ। 10 ਲੀਟਰ ਦੀ ਪੱਕੀ ਬਾਲਟੀ? ਹਾਂਜੀ, ਤੇ 9 ਲੀਟਰ ਸਮਝੋ। 9 ਲੀਟਰ ਮਤਲਬ ਸਮਝ ਲਈਏ ਤੇ 10 ਲੀਟਰ ਦੀ ਪੱਕੀ ਬਾਲਟੀ? ਹਾਂਜੀ, 10 ਲੀਟਰ ਦੀ ਪੱਕੀ ਮਿਣੀ ਹੋਈ ਹੈ। ਮਿਣ ਸਕਦੇ ਜੀ? ਮਿਣਨਾ ਮਿਣ ਸਕਨੇ, ਲੇਕਿਨ ਮਿਣੀ ਹੋਈ ਬਾਲਟੀ 10 ਲੀਟਰ ਦੀ। 10 ਲੀਟਰ ਦੀ ਜੀ। ਇਹ 9 ਲੀਟਰ ਦੁੱਧ ਹੋਵੇਗਾ? 9 ਲੀਟਰ ਦੀ। ਠੀਕ ਹੋ ਗਿਆ ਜਨਾਬ, ਠੀਕ ਹੋ ਗਿਆ ਸ਼ਬੀਰ ਭਾਈ। ਬਾਕੀ ਜਨਾਬ ਵੱਛੀ ਵਸ ਦੁੱਧ ਛੱਡ ਦਿੱਤਾ, ਵੱਛੀ ਦੁੱਧ ਪੀ ਰਹੀ ਹੈ। ਚਲੋ ਠੀਕ ਹੋ ਗਿਆ ਜਨਾਬ, ਤੇ ਆਓ ਜੀ, ਆ ਪਕੜੋ ਜੀ, ਇੱਥੇ ਖੜੇ ਹੋ। ਚਲੋ ਤੁਸੀਂ ਇੱਧਰ ਆ ਜਾਣਾ, ਇੱਧਰ ਆਓ। ਆਪਣਾ ਜਨਮਰ ਦਿਖਾ ਦਿੱਤਾ, ਸਾਫ ਸੁਥਰਾ, ਸੁੱਚਾ ਖਰਾ, ਇਨਸ਼ਾਅੱਲਾ ਗਰੰਟੀ ਹੋਵੇਗੀ, ਦੁੱਧ ਕਿਲੋ ਵੱਧ ਘੱਟ ਹੋ ਸਕਦਾ, ਬਾਕੀ ਜਾਨਵਰ ਦੇ ਵਿੱਚ ਐਬ ਨਹੀਂ ਹੋਏਗਾ, ਜਾਨਵਰ ਦੇ ਵਿੱਚ ਨੁਕਸ ਨਹੀਂ ਹੋਏਗਾ ਕਿਸੇ ਕਿਸਮ ਦਾ ਵੀ ਜੀ। ਭਾਈ ਸ਼ਬੀਰ ਖਾਂ, ਸੂਆ ਕਿਵੇਂ? ਇਹ ਦੂਸਰਾ ਜੀ, ਦੂਸਰਾ ਸੂਆ, ਤੇ ਸੂਈ ਨੂੰ ਅੱਜ ਤੀਸਰਾ ਦਿਨ, ਤੀਸਰਾ ਦਿਨ, ਪੰਜਵੀਂ ਚੁਆਈ, ਤੇ ਦੁੱਧ ਆਪਾਂ ਚੋਲਿਆ ਜਿਹੜਾ ਦੋਸਤਾਂ ਮੇਰਾ ਨੂੰ ਮਿਣਨ ਤੋਂ ਬਗੈਰ ਦੱਸਦਾ, ਬਾਲਟੀ ਕਿੰਨੇ ਕਿਲੋ ਦੀ ਹੈ? 10 ਕਿਲੋ ਦੀ। 10 ਕਿਲੋ ਦੀ, ਤੇ ਕਿੰਨਾ ਦੁੱਧ ਹੋਣਾ? 9 ਲੀਟਰ ਦੀ। 9 ਲੀਟਰ ਦੁੱਧ ਹੋਣਾ, ਮੈਂ ਕਹਿੰਦਾ ਬੋਲੇ ਦੇ ਵਿੱਚ, ਇਸ ਟਾਈਮ ਤੀਸਰਾ ਦਿਨ ਪੰਜਵੀਂ ਚੁਆਈ ਹੈ, ਇਹ 16 ਵੀ ਹੋਵੇ ਬੋਲੇ ਦੇ ਵਿੱਚ ਤਾਂ ਵੀ ਆਮ ਹੀ। ਹਾਂਜੀ, ਬੋਲੇ ਜਾਂਦੇ, ਬਿਲਕੁਲ ਬੋਲਾ ਬੋਲਾ, ਬਿਲਕੁਲ ਦੁੱਧ ਬਣਿਆ ਨਹੀਂ? ਨਹੀਂ ਜੀ, ਨਹੀਂ, ਬਿਲਕੁਲ ਬੋਲਾ। ਠੀਕ ਹੋ ਗਿਆ, ਠੀਕ ਹੋ ਗਿਆ। ਤੇ ਗਾਏ ਬੋਲੇ ਤੋਂ ਬਾਹਰ ਜਾ ਕੇ 4-5 ਦਿਨ ਬਾਅਦ ਕਿੰਨਾ ਦੁੱਧ ਕਰੇਗੀ? ਅੰਦਾਜ਼ ਇਨਸ਼ਾਅੱਲਾ ਜੀ ਵਧੇਗੀ। ਕਿੰਨਾ ਕਰੇਗੀ? ਕੋਈ 20 ਲੀਟਰ ਤੇ ਜਾਏ? ਤਕਰੀਬਨ 20 ਲੀਟਰ ਤੇ ਕਰਤੇ ਜਾਣਾ ਚਾਹੀਦਾ। 20 ਨਾ ਦੇ ਵਿੱਚ ਜਿਹੜਾ ਦੋਸਤ ਵੀ ਲਵੇ ਉਹਦੇ ਘਰ 17-18 ਲੀਟਰ ਤਾਂ ਪੱਕੀ ਦਿੱਤੀ ਜਾਵੇ, ਤੇ ਆ ਮੀਨ ਏਲਾ ਮਾਰੀ ਆਉਂਦਾ ਨਹੀਂ ਆਉਂਦਾ? ਠੀਕ ਹੋ ਗਿਆ, ਬਗੈਰ ਮੰਗੇ ਤੇ ਬੱਚੇ ਚੋਈ ਜਾਣ ਜੀ। ਠੀਕ ਹੋ ਗਿਆ, ਤੇ ਐਬ ਦੀ ਨੁਕਸ ਦੀ ਤੇਰੀ ਗਰੰਟੀ? ਗਰੰਟੀ। ਠੀਕ ਹੋ ਗਿਆ। ਲਓ ਜੀ ਦੋਸਤੋ, ਜਾਨਵਰ ਦੇ ਵਿੱਚ ਕਿਸੇ ਕਿਸਮ ਦਾ ਐਬ ਹੋਵੇ, ਕਿਸੇ ਕਿਸਮ ਦਾ ਨੁਕਸ ਹੋਵੇ, ਜ਼ਿੰਮੇਦਾਰ? ਹਾਂਜੀ, ਜ਼ਿੰਮੇਦਾਰ। ਦੁੱਧ ਪਾਏ ਦਾ, ਦੁੱਧ ਨਸੀਬ ਦਾ, ਭਾਈ ਸ਼ਬੀਰ ਖਾਂ ਪਿਆਰ ਮੁਹੱਬਤ ਵਾਲਾ ਮੁਲਕ ਆ। ਬੜੀ ਮਿਹਰਬਾਨੀ ਜਨਾਬ। ਲਓ ਜੀ ਦੋਸਤੋ, 2,70,000 ਰੁਪਏ ਗਾਏ ਦਾ ਮੁੱਲ ਹੈ, ਮੁਨਾਸਬ ਜਾਇਜ਼ ਮੁੱਲ ਹੈ। ਦੁਨੀਆਂ ਦਾ ਸਭ ਤੋਂ ਵੱਡਾ ਇਸ਼ਕ ਰੋਟੀ ਹੈ, ਤੇ ਦੁਨੀਆਂ ਦੀ ਸਭ ਤੋਂ ਵੱਡੀ ਅਯਾਸ਼ੀ ਤੰਦਰੁਸਤੀ, ਇਹ ਦੋਵੇਂ ਚੀਜ਼ਾਂ ਅੱਲਾਹ ਕੋਲ ਮੰਗਣੀਆਂ ਚਾਹੀਦੀਆਂ ਨੇ। ਸੋਨਾ ਲੈਣਾ ਤੇ ਮੇਰੇ ਐਨੀਮਲ ਟੀਵੀ ਤੋਂ ਲੈਣਾ, ਪਿੱਤਲ ਲੈਣਾ ਤੇ ਜੱਗ ਸਾਰਾ ਪਿਆ ਜਿੱਥੋਂ ਮਰਜ਼ੀ ਲੈ ਲੈਣਾ, ਇਹ ਮੇਰਾ ਐਨੀਮਲ ਟੀਵੀ ਦੀ ਆਵਾਜ਼ ਹੈ। ਮਿਆਰ ਚਾਹੀਦਾ, ਮਿਆਰ ਲੈਣਾ ਤੇ ਮੇਰਾ ਐਨੀਮਲ ਟੀਵੀ ਦਾ ਇੰਤਖਾਬ ਕਰਨਾ।
ਪਾਕਿਸਤਾਨ ਜ਼ਿੰਦਾਬਾਦ।